ਇਟਸ ਯੂਅਰ ਬੋਡੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਸਾਨੂੰ ਰਾਤ ਨੂੰ ਸੌਣ ਸਮੇਂ ਆਪਣੇ ਕਮਰੇ ਦੀ ਲਾਈਟ ਬੰਦ ਕਰਕੇ ਹੀ ਕਿਉਂ ਸੌਣਾ ਚਾਹੀਦਾ। ਇਸ ਤੋਂ ਬਿਨਾਂ ਇਹ ਵੀ ਗੱਲ ਕਰਾਂਗੇ ਕਿ ਇੱਕ ਨੌਜਵਾਨ ਬੰਦੇ ਨੂੰ ਕਿੰਨੇ ਘੰਟੇ ਦੀ ਨੀਂਦ ਲੈਣੀ ਜ਼ਰੂਰੀ ਆ। ਪਰ ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਫਰਮਾਇਸ਼ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਸੋ ਦੋਸਤੋ, ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਰਾਤ ਨੂੰ ਸੌਣ ਸਮੇਂ ਹਮੇਸ਼ਾ ਲਾਈਟ ਬੰਦ ਕਰਕੇ ਹੀ ਕਿਉਂ ਸੌਣਾ ਚਾਹੀਦਾ। ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਸਾਡਾ ਦਿਮਾਗ ਸਾਰਾ ਦਿਨ ਜੋ ਵੀ ਇਨਫੋਰਮੇਸ਼ਨ ਇਕੱਠੀ ਕਰਦਾ ਉਸ ਨੂੰ ਜਦੋਂ ਅਸੀਂ ਰਾਤ ਨੂੰ ਗਹਿਰੀ ਨੀਂਦ ਵਿੱਚ ਸੁੱਤੇ ਹੁੰਦੇ ਹਾਂ ਤਾਂ ਉਸ ਨੂੰ ਸਾਡੇ ਦਿਮਾਗ ਦੀ ਸੈਕੰਡਰੀ ਮੈਮਰੀ ਵਿੱਚ ਸਟੋਰ ਕਰਦਾ। ਦੋਸਤੋ, ਸੈਕੰਡਰੀ ਮੈਮਰੀ ਉਹ ਮੈਮਰੀ ਹੁੰਦੀ ਆ ਜਿਸ ਵਿੱਚ ਜੋ ਵੀ ਸਾਡਾ ਦਿਮਾਗ ਇਨਫੋਰਮੇਸ਼ਨ ਸਟੋਰ ਕਰ ਦਿੰਦਾ ਉਹ ਹਮੇਸ਼ਾ ਲਈ ਸਾਨੂੰ ਯਾਦ ਰਹਿੰਦੀ ਆ। ਜਿਵੇਂ ਤੁਸੀਂ ਕਿਸੇ ਨਵੇਂ ਇਨਸਾਨ ਨੂੰ ਮਿਲੇ, ਤੁਸੀਂ ਉਸਦਾ ਨਾਮ ਪੁੱਛਿਆ, ਉਹ ਕਿੱਥੋਂ ਦਾ ਰਹਿਣ ਵਾਲਾ, ਉਸਦੀ ਪੂਰੀ ਆਇਡੈਂਟੀ ਲਈ, ਤਾਂ ਰਾਤ ਨੂੰ ਜੇ ਤੁਸੀਂ ਗਹਿਰੀ ਨੀਂਦ ਵਿੱਚ ਹੋਵੋਗੇ ਦਿਮਾਗ ਉਸ ਇਨਫੋਰਮੇਸ਼ਨ ਨੂੰ ਤੁਹਾਡੀ ਸੈਕੰਡਰੀ ਮੈਮਰੀ ਸਟੋਰ ਕਰ ਦੂ। ਜਦੋਂ ਤੁਸੀਂ ਉਸ ਇਨਸਾਨ ਨੂੰ ਦੁਬਾਰਾ ਮਿਲੋਗੇ ਤਾਂ ਤੁਸੀਂ ਉਸ ਬੰਦੇ ਨੂੰ ਪਹਿਚਾਣ ਸਕੋਗੇ, ਕਿਉਂਕਿ ਤੁਹਾਡੇ ਦਿਮਾਗ ਨੇ ਉਸਦੀ ਪੂਰੀ ਇਨਫੋਰਮੇਸ਼ਨ ਤੁਹਾਡੀ ਸੈਕੰਡਰੀ ਮੈਮਰੀ ਵਿੱਚ ਸਟੋਰ ਕੀਤੀ ਹੋਈ ਆ। ਪਰ ਜੇਕਰ ਤੁਸੀਂ ਦੋਸਤੋ ਲਾਈਟ ਜਗਾ ਕੇ ਸੌਂਦੇ ਹੋ ਤਾਂ ਤੁਹਾਡਾ ਦਿਮਾਗ ਇਸ ਸਟੋਰੇਜ ਪ੍ਰੋਸੈਸਿੰਗ ਦਾ ਕੰਮ ਪੂਰੀ ਤਰ੍ਹਾਂ ਨਹੀਂ ਕਰ ਸਕਦਾ, ਕਿਉਂਕਿ ਜਿਹੜੀ ਇਨਫੋਰਮੇਸ਼ਨ ਹੁੰਦੀ ਆ ਸਾਡਾ ਦਿਮਾਗ ਜਦੋਂ ਪੂਰੀ ਤਰ੍ਹਾਂ ਸੌਂਦਾ ਨਹੀਂ ਉਹ ਬਾਹਰੀ ਇਨਫੋਰਮੇਸ਼ਨ ਨੂੰ ਵੀ ਇਕੱਠਾ ਕਰਦਾ ਰਹਿੰਦਾ, ਕਿਉਂਕਿ ਲਾਈਟ ਜਗਨ ਕਰਕੇ ਕੋਈ ਨਾ ਕੋਈ ਇਨਫੋਰਮੇਸ਼ਨ ਦਿਮਾਗ ਤੱਕ ਪਹੁੰਚਦੀ ਰਹਿੰਦੀ ਆ, ਜਿਸ ਕਰਕੇ ਦਿਮਾਗ ਨੇ ਜੋ ਆਪਣਾ ਸਟੋਰੇਜ ਪ੍ਰੋਸੈਸਿੰਗ ਵਾਲਾ ਕੰਮ ਕਰਨਾ ਹੁੰਦਾ ਪ੍ਰਾਇਮਰੀ ਮੈਮਰੀ ਤੋਂ ਸੈਕੰਡਰੀ ਮੈਮਰੀ ਵਿੱਚ ਇਨਫੋਰਮੇਸ਼ਨ ਪਹੁੰਚਾਉਣੀ ਹੁੰਦੀ ਆ ਉਹ ਰੁਕਦੀ ਰਹਿੰਦੀ ਆ। ਜਿਵੇਂ ਦੋਸਤੋ, ਤੁਸੀਂ ਕਈ ਵਾਰ ਦੇਖਿਆ ਹੋਊਗਾ ਕਿ ਤੁਹਾਡੀ ਕੋਈ ਫੇਵਰੇਟ ਮੂਵੀ ਹੁੰਦੀ ਜਿਸ ਨੂੰ ਤੁਸੀਂ ਆਪਣੇ ਕੰਪਿਊਟਰ ਵਿੱਚ ਸੇਵ ਕਰਕੇ ਰੱਖਣਾ ਚਾਹੁੰਦੇ ਹੋ, ਤੁਸੀਂ ਉਸਦੀ ਸੀਡੀ ਲੈ ਆਉਂਦੇ ਹੋ, ਸੀਡੀ ਪਾ ਕੇ ਜਦੋਂ ਤੁਸੀਂ ਉਸ ਮੂਵੀ ਨੂੰ ਆਪਣੇ ਕੰਪਿਊਟਰ ਵਿੱਚ ਸੇਵ ਕਰ ਰਹੇ ਹੁੰਦੇ ਹੋ ਤੇ ਉਹ ਮੂਵੀ ਪੂਰੀ ਤਰ੍ਹਾਂ ਅਜੇ ਤੱਕ ਸੇਵ ਨਹੀਂ ਹੁੰਦੀ, ਤੁਹਾਡੇ ਤੋਂ ਗਲਤੀ ਨਾਲ ਬਟਨ ਪੈ ਜਾਂਦਾ ਤਾਂ ਸੀਡੀ ਬਾਹਰ ਆ ਜਾਂਦੀ ਆ, ਤੁਹਾਡਾ ਕੰਪਿਊਟਰ ਪੂਰੀ ਤਰ੍ਹਾਂ ਹੈਂਗ ਹੋ ਜਾਂਦਾ। ਇਸੇ ਤਰ੍ਹਾਂ ਦੋਸਤੋ, ਆਪਣੇ ਦਿਮਾਗ ਦਾ ਕੰਮ ਹੁੰਦਾ ਜਦੋਂ ਅਸੀਂ ਰਾਤ ਨੂੰ ਪੂਰੀ ਗਹਿਰੀ ਨੀਂਦ ਵਿੱਚ ਸੁੱਤੇ ਪਏ ਹੁੰਦੇ ਹਾਂ ਤਾਂ ਸਾਡਾ ਦਿਮਾਗ ਪ੍ਰਾਇਮਰੀ ਮੈਮਰੀ 'ਚ ਡਾਟਾ ਜਾ ਕੇ ਸੈਕੰਡਰੀ ਮੈਮਰੀ ਵਿੱਚ ਸਟੋਰ ਕਰ ਰਿਹਾ ਹੁੰਦਾ। ਪਰ ਦੋਸਤੋ, ਜੋ ਤੁਹਾਡੇ ਰੂਮ ਦੀ ਲਾਈਟ ਜਗ ਰਹੀ ਹੁੰਦੀ ਆ ਉਸ ਕਰਕੇ ਸਾਡੇ ਦਿਮਾਗ ਦੀ ਜਿਹੜੀ ਸਟੋਰੇਜ ਦਾ ਕੰਮ ਹੁੰਦਾ ਉਸ ਵਿੱਚ ਬਹੁਤ ਜ਼ਿਆਦਾ ਰੁਕਾਵਟ ਪੈਂਦੀ ਆ, ਜਿਸ ਕਰਕੇ ਦੋਸਤੋ ਉਹ ਕੰਮ ਪੂਰੀ ਤਰ੍ਹਾਂ ਸਹੀ ਨਹੀਂ ਹੋ ਸਕਦਾ ਹੁੰਦਾ, ਜਾਂ ਸਾਨੂੰ ਕੋਈ ਅਚਾਨਕ ਉਸ ਸਮੇਂ ਜਗਾ ਦਿੰਦਾ ਜਾਂ ਸਾਨੂੰ ਲਾਈਟ ਕਰਕੇ ਜਾਗ ਆ ਜਾਂਦੀ ਜਿਸ ਕਰਕੇ ਉਹ ਪ੍ਰੋਸੈਸਿੰਗ ਰੁਕ ਜਾਂਦੀ ਹੈ। ਤੇ ਉਸੇ ਤਰ੍ਹਾਂ ਦੋਸਤੋ, ਜਿਵੇਂ ਕੰਪਿਊਟਰ ਹੈਂਗ ਹੋਇਆ ਸੀ ਸਾਡਾ ਦਿਮਾਗ ਵੀ ਹੈਂਗ ਹੋ ਜਾਂਦਾ, ਇਸੇ ਕਾਰਨ ਹੀ ਜਦੋਂ ਤੁਸੀਂ ਅਗਲੇ ਦਿਨ ਉੱਠਦੇ ਹੋ ਤਾਂ ਤੁਸੀਂ ਥੱਕੇ ਥੱਕੇ ਮਹਿਸੂਸ ਕਰਦੇ ਹੋ, ਤੁਹਾਨੂੰ ਲੱਗਦਾ ਕਿ ਤੁਹਾਡੀ ਨੀਂਦ ਪੂਰੀ ਨਹੀਂ ਹੋਈ। ਇਹ ਉਹੀ ਕਾਰਨ ਹੁੰਦਾ ਦੋਸਤੋ ਜਦੋਂ ਤੁਹਾਡਾ ਦਿਮਾਗ ਪੂਰੀ ਤਰ੍ਹਾਂ ਇਨਫੋਰਮੇਸ਼ਨ ਪ੍ਰਾਇਮਰੀ ਮੈਮਰੀ 'ਚ ਚੱਕ ਕੇ ਸੈਕੰਡਰੀ ਮੈਮਰੀ 'ਚ ਸੇਵ ਨਹੀਂ ਕਰ ਪਾਇਆ ਹੁੰਦਾ। ਸੋ ਦੋਸਤੋ, ਤੁਹਾਨੂੰ ਰਾਤ ਨੂੰ ਹਮੇਸ਼ਾ ਆਪਣੇ ਕਮਰੇ ਦੀ ਲਾਈਟ ਬੰਦ ਕਰਕੇ ਹੀ ਸੌਣਾ ਚਾਹੀਦਾ ਤਾਂ ਕਿ ਤੁਸੀਂ ਅਗਲੇ ਦਿਨ ਪੂਰੀ ਤਰ੍ਹਾਂ ਫਰੈਸ਼ ਤੇ ਤਰੋ ਤਾਜ਼ਾ ਉੱਠੋ। ਤੇ ਇਸ ਤੋਂ ਬਿਨਾਂ ਦੋਸਤੋ, ਦੂਜਾ ਸਵਾਲ ਸੀ ਜਿਹੜਾ ਕਿ ਸਾਨੂੰ ਘੱਟੋ ਘੱਟ ਕਿੰਨੇ ਘੰਟੇ ਸੌਣਾ ਚਾਹੀਦਾ, ਤਾਂ ਦੋਸਤੋ ਇੱਕ ਨੌਜਵਾਨ ਬੰਦੇ ਨੂੰ ਘੱਟੋ ਘੱਟ 7 ਤੋਂ 8 ਘੰਟੇ ਦੀ ਨੀਂਦ ਲੈਣੀ ਜ਼ਰੂਰੀ ਆ ਤਾਂ ਕਿ ਉਹ ਅਗਲੇ ਦਿਨ ਜਦੋਂ ਉੱਠੇ ਤਾਂ ਉਹ ਪੂਰੀ ਤਰ੍ਹਾਂ ਤਰੋ ਤਾਜ਼ਾ ਤੇ ਫਰੈਸ਼ ਮਹਿਸੂਸ ਕਰੇ ਤੇ ਉਹ ਆਪਣਾ ਕੰਮ ਵੀ ਪੂਰੀ ਤਰ੍ਹਾਂ ਦਿਲ ਲਾ ਕੇ ਕਰ ਸਕੇ। ਜਦੋਂ ਅਸੀਂ ਫਰੈਸ਼ ਹੁੰਦੇ ਹਾਂ ਤਾਂ ਅਸੀਂ ਕਿਸੇ ਵੀ ਕੰਮ ਨੂੰ ਬਹੁਤ ਹੀ ਵਧੀਆ ਢੰਗ ਨਾਲ ਕਰਦੇ ਹਾਂ, ਕਿਉਂਕਿ ਦੋਸਤੋ ਸਾਡਾ ਦਿਮਾਗ ਉਸ ਸਮੇਂ ਫਰੈਸ਼ ਹੁੰਦਾ ਤੇ ਉਹ ਬਹੁਤ ਹੀ ਤੇਜ਼ੀ ਨਾਲ ਕੰਮ ਕਰਦਾ। ਇਸ ਵੀਡੀਓ ਵਿੱਚ ਇੰਨਾ ਹੀ, ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਜੇਕਰ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਲਾਈਕ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ। ਜੇਕਰ ਤੁਹਾਡੀ ਕੋਈ ਫਰਮਾਇਸ਼ ਹੈ ਤਾਂ ਦੋਸਤੋ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸ ਸਕਦੇ ਹੋ। ਇਸ ਤੋਂ ਬਿਨਾਂ ਆਪਣਾ ਬੋਲੀ ਹੋਲੀ ਬਾਬਾ ਦੇ ਨਾਮ ਦਾ ਫੇਸਬੁੱਕ ਤੇ ਪੇਜ ਬਣਿਆ, ਪਲੀਜ਼ ਉਸ ਨੂੰ ਜ਼ਰੂਰ ਲਾਈਕ ਕਰ ਲਓ। ਤੁਸੀਂ ਉੱਥੇ ਆਪਣਾ ਕੋਈ ਮੈਸੇਜ ਵੀ ਭੇਜ ਸਕਦੇ ਹੋ, ਸੁਝਾਅ ਵੀ ਭੇਜ ਸਕਦੇ ਹੋ ਤੇ ਆਪਣੀ ਫਰਮਾਇਸ਼ ਵੀ ਦੱਸ ਸਕਦੇ ਹੋ, ਮੈਂ ਤੁਹਾਡਾ ਜਲਦੀ ਤੋਂ ਜਲਦੀ ਉੱਥੇ ਰਿਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ। ਤੇ ਅੰਤ ਵਿੱਚ ਦੋਸਤੋ, ਮੈਂ ਤੁਹਾਨੂੰ ਫਰਮਾਇਸ਼ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਸੋ ਜੀ, ਇੰਨੇ ਸ਼ਬਦਾਂ ਨਾਲ ਲੈਣੀ ਆ ਜਾਇਜ਼, ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।